ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਹੋ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਬੜੇ ਦਿਨ ਹੋ ਗਏ ਸੀਗੇ ਆਪਾਂ ਵੀਡੀਓ ਸ਼ੂਟ ਨਹੀਂ ਕੀਤੀ, ਤਾਂ ਅੱਜ ਟਾਈਮ ਮਿਲਿਆ। ਪਹਿਲਾਂ ਆਪਾਂ ਸੀ ਬਹੁਤ ਜ਼ਿਆਦਾ ਬਿਜ਼ੀ, ਕਿੱਥੇ ਇੱਕ ਦੇ 60 ਬਣਾਉਣ 'ਚ, ਹਾਂ ਕੰਮ 'ਚ ਬਿਜ਼ੀ ਸੀਗੇ। ਤਾਂ ਹੁਣ ਹੋਏ ਹਾਂ ਫ੍ਰੀ, ਤਾਂ ਅੱਜ ਆਪਾਂ ਜਾਣਾ ਗੁਰਦੁਆਰਾ ਸਾਹਿਬ। ਅਤੇ ਬਾਕੀ ਜਿਵੇਂ ਆਪਾਂ ਲਾਸਟ ਵੀਡੀਓ 'ਚ ਵੀ ਗੱਲ ਕੀਤੀ ਸੀਗੀ, ਆਪਾਂ ਅੱਜ ਗੱਲ ਕਰਾਂਗੇ ਥੋੜ੍ਹੀ ਬਹੁਤੀ ਜਿੰਨੀ ਕੁ ਮੈਨੂੰ ਨੌਲੇਜ ਆ ਲੈਥ ਬ੍ਰਿਜ ਬਾਰੇ, ਵੀ ਕਿਵੇਂ ਦਾ ਇੱਥੇ ਹੈਗਾ। ਕਿਉਂਕਿ ਮੈਨੂੰ ਕਮੈਂਟਸ ਵੀ ਆਏ ਸੀਗੇ ਕਿ ਬਾਈ ਲੈਥ ਬ੍ਰਿਜ ਬਾਰੇ ਦੱਸਿਓ, ਤਾਂ ਮੈਂ ਅੱਜ ਕੋਸ਼ਿਸ਼ ਕਰੂੰਗਾ ਕਿ ਥੋੜ੍ਹਾ ਬਹੁਤ ਜਿੰਨਾ ਕੁ ਮੈਨੂੰ ਨੌਲੇਜ ਆ ਵੀ ਉਹਨਾਂ ਕੁ ਮੈਂ ਤੁਹਾਨੂੰ ਦੱਸਾਂ। ਔਰ ਅੱਜ 100% ਕੋਸ਼ਿਸ਼ ਤਿਆਰ ਹੋ ਕੇ ਪਹਿਲੇ ਬੈਠੇ ਹਾਂ ਵੀ ਅੱਜ ਆਪਾਂ ਆਪਣੇ ਘਰ ਦੇ ਸਾਹਮਣੇ ਵਾਲੀ ਬੱਸ ਲੈਣੀ ਹੀ ਲੈਣੀ ਹੈ, ਜੋ ਮਰਜ਼ੀ ਹੋ ਜੇ। ਅੱਜ ਆਪਾਂ ਪਹਿਲਾਂ ਹੀ ਜਾ ਕੇ ਖੜੇ ਹਾਂ, ਅੱਜ ਨਹੀਂ ਬੱਸ ਲੰਘਣ ਦਿੰਦੇ। ਆ ਜਾਓ ਫਿਰ ਮਿਲਦੇ ਹਾਂ। ਜੇ ਤਾਂ ਯੂਨੀਵਰਸਿਟੀ ਨੂੰ ਜਾਣਾ ਫਿਰ ਤਾਂ ਆਪਣੇ ਘਰ ਦੇ ਸਾਹਮਣੇ ਹੈਗਾ ਸਟਾਪ, ਫਿਰ ਤਾਂ ਇੱਥੋਂ ਬੱਸ ਲੈਣੀ ਪੈਂਦੀ ਆ। ਪਰ ਹੁਣ ਆਪਾਂ ਜਾਣਾ ਕਰੋਸਿੰਗ, ਉੱਧਰੋਂ ਸਿੱਧੀ ਬੱਸ ਮਿਲ ਜੂਗੀ। ਤਾਂ ਉਹ ਸਾਹਮਣੇ ਉਹ ਜਿੱਥੇ ਬੰਦਾ ਜਿਹਾ ਬਣਿਆ ਨਾ ਨਿਸ਼ਾਨ, ਉਹਦੇ ਪਿੱਛੇ ਆ ਬੱਸ ਸਟਾਪ। ਹੁਣ ਆਪਾਂ ਉੱਥੋਂ ਬੱਸ ਲੈਣੀ ਆ। ਹਾਂਜੀ ਮਿੱਤਰੋ, ਅੱਜ ਦੇਖੋ ਅੱਜ ਆਪਾਂ ਫਾਈਨਲੀ ਬੱਸ ਲੈ ਲਈ। ਅੱਜ ਆਪਾਂ ਬੱਸ 'ਚ ਜਾਣਾ, ਅੱਜ ਨਹੀਂ ਆਪਾਂ ਤੁਰ ਕੇ ਜਾਂਦੇ। ਲਓ ਜੀ ਮਿੱਤਰੋ, ਬੱਸ 'ਚ ਬਹਿ ਕੇ ਆਪਾਂ ਸਫ਼ਰ ਸ਼ੁਰੂ ਕਰਤਾ। ਬੜਾ ਲੰਬਾ ਸਫ਼ਰ ਆ ਸਾਡਾ ਅੱਜ, ਬੜੀ ਦੂਰ ਤੱਕ ਜਾਣਾ। ਮੈਨੂੰ ਲੱਗਦਾ ਨਹੀਂ ਆਪਾਂ ਅੱਜ ਪਹੁੰਚਾਂਗੇ। ਬਾਕੀ ਦੇਖਦੇ ਹਾਂ ਡਰਾਈਵਰ ਸਾਡਾ ਚੰਗਾ ਜੀ ਅੱਜ ਅੱਜ 'ਚ ਲੈ ਜਾਵੇ ਸਾਨੂੰ। ਆ ਪਾਰਕ ਆ ਸਾਡੇ ਘਰ ਦੇ ਪਿੱਛੇ ਵਾਲੀ, ਉਹ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਅਸੀਂ ਤਾਂ ਆਏ ਨਹੀਂ ਹੈਗੇ ਤੁਰ ਕੇ। ਤਾਂ ਮੈਂ ਕਿਹਾ ਤੁਹਾਨੂੰ ਦਿਖਾ ਦੇਵਾਂ ਹੁਣ। ਹਾਂਜੀ, ਇੱਕ ਬੱਸ ਨੂੰ ਕੀਤਾ ਆਪਾਂ ਵਿਦਾ, ਇਹਦਾ ਸਾਥ ਇੱਥੇ ਤੱਕ ਹੀ ਸੀ, ਹੁਣ ਅਗਲੀ ਲਵਾਂਗੇ। ਹਾਂਜੀ, ਹੁਣ ਆਪਾਂ ਗੱਲ ਕਰਦੇ ਹਾਂ ਲੈਥ ਬ੍ਰਿਜ, ਜਿਵੇਂ ਆਪਾਂ ਪਹੁੰਚਣਾ ਵੀ ਹੈ ਜਿਵੇਂ, ਤਾਂ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਨੂੰ ਆਉਣਾ ਪਊਗਾ ਕੈਲਗਰੀ। ਕੈਲਗਰੀ ਤੋਂ ਵੈਸੇ ਤਾਂ ਆਪਸ਼ਨਸ ਹੈਗੀਆਂ ਨੇ ਵੀ ਊਬਰ ਵਗੈਰਾ ਵੀ ਚੱਲਦੀ ਆ, ਪਰ ਊਬਰ ਥੋੜ੍ਹੀ ਜਿਹੀ ਪੈਂਦੀ ਆ ਕੋਸਟਲੀ, ਤਾਂ ਉਹ ਹਰ ਇੱਕ ਬੰਦਾ ਅਫੋਰਡ ਨਹੀਂ ਕਰ ਸਕਦਾ। ਉਹ ਲੈ ਲੈਂਦੀ ਆ $250-$300 ਦੇ ਆਸ ਪਾਸ ਲੈਂਦੇ ਆ ਊਬਰ ਵਾਲੇ। ਅਤੇ ਸੈਕਿੰਡ ਆਪਸ਼ਨ ਹੈਗੀ ਹੈ ਜਿਹੜੀ ਪਬਲਿਕ ਟਰਾਂਸਪੋਰਟ ਹੈਗੀ ਆ, ਉਹ ਰੈੱਡ ਐਰੋ ਦੀ, ਉਹ ਤੁਸੀਂ ਇੰਡੀਆ ਬੈਠ ਕੇ ਵੀ ਬੁੱਕ ਕਰ ਸਕਦੇ ਹੋ ਵੀ ਲੈਥ ਬ੍ਰਿਜ ਲਈ। ਉਹਦੇ ਵਿੱਚ ਜਿਹੜੇ ਮੇਰੇ ਲੱਗੇ ਸੀਗੇ ਉਹ $82-$83 ਲੱਗੇ ਸੀਗੇ ਲੈਥ ਬ੍ਰਿਜ, ਉਹ ਸੋਰੀ ਕੈਲਗਰੀ ਤੋਂ ਲੈਥ ਬ੍ਰਿਜ ਵਾਸਤੇ। ਉਹ ਸਿੱਧਾ ਤੁਹਾਨੂੰ ਇੱਥੇ ਲੈਥ ਬ੍ਰਿਜ, ਯੂਨੀਵਰਸਿਟੀ ਆਫ ਲੈਥ ਬ੍ਰਿਜ ਆ ਕੇ ਉਤਾਰ ਦੂਗੀ ਬੱਸ, ਜਾਂ ਤੁਹਾਨੂੰ ਸਿਟੀ ਸੈਂਟਰ ਵੀ ਉਤਾਰ ਦੂਗੀ। ਤਾਂ ਉੱਥੋਂ ਤੁਸੀਂ ਆਪਣਾ ਅੱਗੇ ਜਿੱਥੇ ਜਾਣਾ ਵਾ ਉੱਥੇ ਤੁਸੀਂ ਜਾ ਸਕਦੇ ਹੋ। ਤਾਂ ਹੁਣ ਅਸੀਂ ਆਏ ਸੀਗੇ ਜਿਹੜੀ, ਜਿਵੇਂ ਲੈਥ ਬ੍ਰਿਜ ਨਾ ਚਾਰ ਹਿੱਸਿਆਂ 'ਚ ਵੰਡਿਆ ਹੋਇਆ, ਕਹਿ ਲਓ ਸਾਊਥ, ਵੈਸਟ, ਈਸਟ, ਨੌਰਥ। ਤਾਂ ਹੁਣ ਅਸੀਂ ਜਿੱਧਰ ਰਹਿੰਦੇ ਹਾਂ ਉਹ ਹੈਗਾ ਵੈਸਟ ਸਾਈਡ, ਅਤੇ ਅਸੀਂ ਹੁਣ ਆਏ ਸੀਗੇ ਇੱਧਰ ਵੈਸਟ ਸਾਈਡ ਦੀ ਮਾਰਕੀਟ ਹੈ ਆ ਮੇਰੇ ਪਿੱਛੇ ਹੈ ਜਿਹੜੀ, ਆ ਸਾਰਾ ਇੱਧਰ ਮੈਕਡੀ ਵਗੈਰਾ, ਟਿਮ ਵਗੈਰਾ ਇੱਧਰ ਸਾਰੇ ਹੈਗੇ ਨੇ। ਤਾਂ ਹੁਣ ਇੱਧਰ ਆਏ ਸੀਗੇ ਪਹਿਲਾਂ, ਹੁਣ ਇੱਧਰ ਜਾਂਦੇ ਹਾਂ। ਬਾਕੀ ਅੱਗੇ ਅੱਗੇ ਦਾ ਪ੍ਰੋਗਰਾਮ ਨਾਲ ਦੀ ਨਾਲ ਦੱਸੀ ਜਾਵਾਂਗੇ। ਆ ਜਾਓ ਫਿਰ। ਇਹ ਮਾਰਕੀਟ ਵੀ ਕਾਫੀ ਵਧੀਆ ਅਤੇ ਕਾਫੀ ਵੱਡੀ ਬਣੀ ਹੋਈ ਆ। ਤਾਂ ਅੱਜ ਆ ਫਸਟ ਟਾਈਮ ਅਸੀਂ ਆਏ ਹਾਂ ਇੱਧਰ ਨੋ ਫ੍ਰਿਲਸ। ਇਹ ਵੀ ਇੱਕ ਤਰ੍ਹਾਂ ਦਾ ਰੈਸਟੋਰੈਂਟ ਆ, ਵੀ ਰੈਸਟੋਰੈਂਟ ਨਹੀਂ ਕਹਿ ਸਕਦੇ ਆਪਾਂ, ਜਿਵੇਂ ਕਹਿ ਲਓ ਜਰਨਲ ਸਟੋਰ ਹੀ ਕਹਿ ਸਕਦੇ ਹਾਂ ਆਪਾਂ। ਇੱਥੇ ਸਾਰਾ ਕੁਝ ਮਿਲ ਜਾਂਦਾ, ਉਹ ਨਾਲ ਨੋ ਫ੍ਰਿਲਸ ਵਾਲਿਆਂ ਦਾ ਗੈਸ ਸਟੇਸ਼ਨ ਵੀ ਹੈਗਾ, ਅਤੇ ਬਾਕੀ ਸਾਹਮਣੇ ਬੋਸਟਨ ਪੀਜ਼ਾ ਹੋ ਗਿਆ, ਟਿਮ ਹੋ ਗਿਆ, ਇਹ ਸਾਰੇ ਹੈਗੇ ਨੇ ਇੱਥੇ। ਤਾਂ ਅੱਜ ਆਪਾਂ ਜਾ ਕੇ ਸਿਰਫ ਨੋ ਫ੍ਰਿਲਸ ਚੈੱਕ ਕਰਨਾ ਵੀ ਕੀ ਚੀਜ਼ਾਂ ਦਾ ਪ੍ਰਾਈਸ ਹੈਗਾ, ਕਿੱਦਾਂ 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 ਨਹੀਂ, ਉਹ ਸਾਰਾ ਕੁਝ ਆਪਾਂ ਦੇਖਦੇ ਹਾਂ। ਆ ਜਾਓ ਫਿਰ।
ਇੱਥੇ ਸਮਾਨ ਫਰੈਸ਼ ਹੈ ਵੈਸੇ, ਆਹ ਭਿੰਡੀਆਂ ਪੂਰੀਆਂ ਫਰੈਸ਼ ਲੱਗਦੀਆਂ ਨੇ, ਬਾਕੀ ਆ ਇੱਧਰ ਗਾਜਰਾਂ ਵੀ ਪਈਆਂ ਨੇ, ਤਾਂ ਸਾਡੇ ਨਾਲ ਤਾਂ ਗਾਜਰਾਂ ਵਧੀਆ, ਗਾਜਰਾਂ 'ਤੇ ਵੀ ਅਗਲਿਆਂ ਨੇ ਬ੍ਰਾਂਡ ਲਾ ਰੱਖੇ ਨੇ ਲੋਕ। ਬਾਕੀ ਵੈਸੇ ਇੱਧਰ ਸਾਰਾ ਫਰੈਸ਼ ਆ ਸਿਸਟਮ, ਵੈਸੇ ਨੋ ਫ੍ਰਿਲਸ ਵਾਲੇ ਵੀ ਚੈਲੰਜ ਕਰਦੇ ਨੇ, ਦੇਖੋ ਫਿਰ ਪਿੱਛੇ ਲਿਖਿਆ ਹੋਇਆ ਵਾਂਟ ਬੀ ਬੀਟ, ਕਿ ਇਹ ਕਹਿੰਦੇ ਨੇ ਵੀ ਜਿਹੜਾ ਸਾਡਾ ਪ੍ਰਾਈਜ਼ ਆ ਵੀ ਸਾਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਵੀ ਅਸੀਂ ਪ੍ਰਾਈਜ਼ ਬੈਸਟ ਦਿੰਦੇ ਹਾਂ। ਵੈਸੇ ਫੂਡ ਵਗੈਰਾ 'ਚ ਕਹਿ ਲਓ, ਜਿਵੇਂ ਸਬਜ਼ੀਆਂ ਹੋ ਗਈਆਂ ਜਾਂ ਫਰੂਟਸ ਹੋ ਗਏ, ਉਹਨਾਂ 'ਚ ਵੈਸੇ ਪ੍ਰਾਈਜ਼ ਦਾ ਫਰਕ ਹੈਗਾ, ਬਾਕੀ ਕੁਛ ਹੋਰ ਸਮਾਨ ਦਾ ਕੁਛ ਕਹਿ ਨਹੀਂ ਸਕਦੇ। ਹਾਂਜੀ, ਨੋ ਫ੍ਰਿਲਸ ਤੋਂ ਤਾਂ ਆ ਕੇ ਬਾਹਰ ਲਿਆ ਸੀ ਕੁਛ ਨਹੀਂ, ਕਿਉਂਕਿ ਅਸੀਂ ਗਏ ਨਹੀਂ ਸੀ ਲੈਣ, ਅਸੀਂ ਸਿਰਫ ਔਰ ਸਿਰਫ ਤੇ ਕਰਨਾ ਸੀ ਰੇਟ ਚੈੱਕ ਕੀ ਵਹਿੰਦੀ ਆ, ਅਤੇ ਪ੍ਰਾਈਜ਼ ਵਗੈਰਾ ਤਾਂ ਦੇਖ ਲਿਆ ਤਾਂ ਠੀਕ ਆਲਮੋਸਟ, ਬਾਕੀ ਅਜੇ ਥੋੜ੍ਹਾ ਟਾਈਮ ਘੱਟ, ਅਗਲੀ ਬੱਸ ਆਉਣੇ ਵਾਲੀ ਵੀ ਆ। ਇਸ ਵੀਡੀਓ 'ਚ ਆਪਾਂ ਜੋਬ ਬਾਰੇ ਵੀ ਗੱਲ ਕਰਾਂਗੇ ਵੀ ਤੁਸੀਂ ਇੱਧਰ ਲੈਥਪੁਰੀ 'ਚ ਜੋਬ ਕਿਵੇਂ ਜਲਦੀ ਫਾਇੰਡ ਕਰ ਸਕਦੇ ਹੋ। ਮੈਨੂੰ ਵੀ ਜਦੋਂ ਮੈਂ ਆਇਆ ਤਾਂ ਮੈਨੂੰ 4-5 ਦਿਨਾਂ ਬਾਅਦ ਜੋਬ ਮਿਲ ਗਈ ਸੀਗੀ, ਤਾਂ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਅਤੇ ਬਾਕੀ ਇਹ ਆ ਵੀ ਸਿਸਟਮ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਲੈਥਪੁਰੀ ਜਿਹੜਾ ਵੀ 4 ਹਿੱਸਿਆਂ 'ਚ ਵੰਡਿਆ ਹੋਇਆ, ਤਾਂ ਅਗਰ ਤੁਸੀਂ ਸਪੋਜ਼ ਕਰੋ ਵੈਸਟ ਤੋਂ ਤੁਸੀਂ ਸਾਊਥ ਜਾਣਾ ਤਾਂ ਇੱਥੋਂ ਸਿੱਧੀਆਂ ਬੱਸਾਂ ਚੱਲਦੀਆਂ ਨੇ, ਨਹੀਂ ਤਾਂ ਤੁਸੀਂ ਇੱਥੋਂ ਪਹਿਲਾਂ ਸਿਟੀ ਸੈਂਟਰ ਜਾ ਸਕਦੇ ਹੋ ਬੱਸ ਲੈ ਕੇ। ਸਿਟੀ ਸੈਂਟਰ ਤੋਂ ਸਾਰਾ ਜਿਵੇਂ ਉਹ ਹੱਬ ਬਣਿਆ ਹੋਇਆ, ਸਿਟੀ ਸੈਂਟਰ ਤੋਂ ਹਰ ਇੱਕ ਬੱਸ ਘੁੰਮ ਕੇ ਜਾਂਦੀ ਆ, ਅਗਰ ਕਿਸੇ ਪਾਸੇ ਵੀ ਜਾਣਾ ਹੋਵੇ। ਉਹ ਇੱਦਾਂ ਨਹੀਂ ਹੋ ਸਕਦਾ ਵੀ ਕੋਈ ਬੱਸ ਇੱਧਰੋਂ ਜਾਊਗੀ ਤਾਂ ਸਿਟੀ ਸੈਂਟਰ ਨਹੀਂ ਜਾਊਗੀ, ਸਿਟੀ ਸੈਂਟਰ ਹੋ ਕੇ ਹੀ ਜਾਊਗੀ। ਤਾਂ ਉਹਦੇ ਵਿੱਚ ਵੀ ਤੁਸੀਂ ਉਹ ਬੱਸ ਲੈ ਕੇ ਪਹਿਲਾਂ ਸਿਟੀ ਸੈਂਟਰ ਜਾ ਕੇ ਫਿਰ ਜਿੱਧਰ ਮਰਜ਼ੀ ਜਾ ਸਕਦੇ ਹੋ। ਹਾਂਜੀ, ਅਗਲੀ ਬੱਸ ਵੀ ਆ ਗਈ ਆਪਣੀ, ਔਖਾ ਹੈ ਇਹਦਾ। 53 'ਚੋਂ ਤਾਂ ਆਏ ਹਾਂ, ਹੁਣ 53 'ਚ ਕੀ ਕਰਨਾ, ਆਪਾਂ 4 ਨੰਬਰ 'ਚ ਜਾਣਾ। ਉਹ ਦੇਖੋ, ਉਹ ਰਹਿ ਗਈ ਯੂਨੀਵਰਸਿਟੀ, ਉੱਪਰ ਯੂਨੀਵਰਸਿਟੀ ਹੈ, ਥੋੜ੍ਹਾ ਜਿਹਾ ਪਾਰਟ ਇੱਧਰ ਵਾਲੀ ਸਾਈਡ ਆ, ਬਾਕੀ ਪਰਲੀ ਸਾਈਡ ਰਹਿ ਜਾਂਦਾ। ਅਤੇ ਆਹ ਇੱਧਰੋਂ ਬੱਸ ਆ, ਸਮਝ ਲਓ ਇੱਕ ਤਰ੍ਹਾਂ ਦੀ ਰਿਵਰ ਬਣੀ ਹੋਈ ਆ, ਜਿਵੇਂ ਲੇਕ, ਇਹਦੇ ਹੁਣ ਰਾਈਟ ਸਾਈਡ ਸਾਰਾ ਵੈਸਟ ਹੈ, ਆਹ ਜਿਵੇਂ ਆਪਾਂ ਕ੍ਰੋਸ ਕਰ ਲਈ ਆ, ਹੁਣ ਇੱਥੋਂ ਸਾਰਾ ਸਾਊਥ ਸ਼ੁਰੂ ਹੋ ਜਾਂਦਾ ਇਹਨਾਂ ਨੇ। ਬਾਕੀ ਇੱਥੇ ਆ ਸਟੇਸ਼ਨ ਆ ਬਣਾ ਰੱਖਿਆ, ਇੱਥੇ ਸਾਈਕਲ ਵਗੈਰਾ ਜਿਵੇਂ ਚਲਾਉਂਦੇ ਨੇ, ਗੇਮਾਂ ਗੁੰਮਾਂ ਜਿਹੀਆਂ ਕਰਦੇ ਨੇ, ਜਿੰਨਾ ਕੁ ਬੱਸਾਂ 'ਚ ਪੋਸੀਬਲ ਆ। ਅੱਜ ਤੁਹਾਨੂੰ ਨਾਲ ਨਾਲ ਥੋੜ੍ਹਾ ਜਿਹਾ ਆਪਾਂ ਡਾਊਨ ਟਾਊਨ ਵੀ ਦਿਖਾ ਦਾਂਗੇ, ਲੈਥਪੁਰੀ 'ਚ ਤੱਕ ਜ਼ਿਆਦਾ ਵੱਡਾ ਤਾਂ ਹੈ ਨਹੀਂ ਪਰ ਇੰਨਾ ਛੋਟਾ ਵੀ ਹੈ ਨਹੀਂ। ਜੀ ਸਿਟੀ ਸੈਂਟਰ, ਇਹਦੇ ਅੰਦਰ ਬੱਸ ਰੁਕਦੀ ਆ, ਇੱਥੋਂ ਹੋ ਕੇ ਹੀ ਜਾਣੀ ਆ, ਕਈ ਬੱਸਾਂ ਤਾਂ ਬਾਹਰ ਹੀ ਖੜ੍ਹੀ ਜਾਂਦੀਆਂ ਨੇ, ਇੱਥੋਂ ਹੀ ਹੋ ਕੇ ਜਾਣੀ ਆ। ਉੱਪਰ ਟਾਈਮਿੰਗ ਚੱਲੀ ਜਾਂਦੀ ਵੀ ਅਗਲੀ ਬੱਸ ਕਿਹੜੀ ਆ, ਕਿੰਨੇ ਕਿੱਧਰ ਨੂੰ ਕਿੰਨੇ ਵਜੇ ਜਾਣਾ, ਉਹ ਚੱਲੀ ਜਾਂਦਾ ਸਾਰਾ ਹਿਸਾਬ ਕਰਨਾ।
ਗੁਰਦੁਆਰਾ ਸਾਹਿਬ ਆ ਗਿਆ, ਮਜ਼ਾ ਹੀ ਆ ਗਿਆ। ਦਾਲ ਚੌਲ, ਰਾਇਤਾ, ਅਚਾਰ, ਮਿੱਠੇ ਚੌਲ, ਬਿਸਕਿਟ, ਬਿਸਕਿਟ ਦੇ ਨਾਲ ਨਾਲ ਭੁਜੀਆ, ਬਦਾਣਾ, ਚੱਕੋ ਵੀ, ਜਲੇਬੀਆਂ, ਲੱਡੂ, ਬਰਫੀ, ਜੀ ਆਏ ਤਾਂ ਅਸੀਂ ਸਿਰਫ ਤਿੰਨ ਜਾਣੇ ਸੀਗੇ, ਪਰ ਹੁਣ ਤਿੰਨ ਤੋਂ ਅਸੀਂ ਪੰਜ ਹੋ ਗਏ ਆਏ। ਅਸੀਂ ਬੱਸ 'ਚ ਸੀ, ਜਿਵੇਂ ਮੱਥਾ ਟੇਕਿਆ ਬਾਬਾ ਕਹਿੰਦਾ ਮੈਂ ਤੁਹਾਨੂੰ ਬੱਸ 'ਚ ਨਹੀਂ ਭੇਜਦਾ, ਟੈਨਸ਼ਨ ਨਾ ਲਓ। ਆਹ ਪਿੱਛੇ ਖੜੀ ਹੈ ਯਾਰਾਂ ਦੀ ਗੱਡੀ, ਨਾਲ ਹੀ ਅਸੀਂ ਗੱਡੀ 'ਚ ਹੋਵਾਂਗੇ। ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਤੇ ਅਸੀਂ ਆ ਗਏ ਇੱਥੇ ਲੈਥ ਬ੍ਰਿਜ ਹੈਂਡਰਸਨ ਲੇਕ 'ਤੇ। ਤਾਂ ਹੁਣ ਥੋੜ੍ਹਾ ਬਹੁਤਾ ਘੁੰਮ ਲਾਂਗੇ, ਨਾਲੇ ਤੁਹਾਨੂੰ ਵੀ ਘੁਮਾ ਲਾਂਗੇ, ਨਾਲ ਤੁਹਾਨੂੰ ਵੀ ਦਿਖਾਉਂਦੇ ਹੈਂਡਰਸਨ ਲੇਕ ਬਾਰੇ। ਆਹ ਦੇਖੋ ਪਿੱਛੇ ਕੀ ਕਰਦੇ ਫਿਰਦੇ ਨੇ, ਦੇਖ ਇੱਦਾਂ ਹੁੰਦੀਆਂ ਫੋਟੋਆਂ। ਠੀਕ ਆ, ਠੀਕ ਆ, ਲੋਟ ਆ। ਕੈਨੇਡਾ ਆ ਕੇ ਤੁਹਾਨੂੰ ਪਤਾ ਹੀ ਹੈ, ਸਾਰਿਆਂ ਨੂੰ ਵੀ ਪਤਾ, ਉਹ ਤਾਂ ਮੋਸਟਲੀ ਇਹ ਤਾਂ ਬੇਸਿਕ ਜਿਹਾ ਹੀ ਕੰਮ ਹੋ ਗਿਆ ਕਿ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਨੂੰ ਅਪਲਾਈ ਕਰਨਾ ਪੈਂਦਾ ਸਿਮ ਨੰਬਰ, ਫਿਰ ਜਾ ਕੇ ਤੁਸੀਂ ਬੈਂਕ ਅਕਾਊਂਟ ਖੁਲਵਾ ਸਕਦੇ ਹੋ ਜਿੱਥੇ ਤੁਸੀਂ GIC ਵਗੈਰਾ ਭਰੀ ਹੋਈ ਆ। ਦੈਨ ਉਸ ਤੋਂ ਬਾਅਦ ਕਿਸੇ ਕੋਲ ਜਿਵੇਂ ਆਉਂਦੇ ਸਾਰੀ ਤਾਂ ਗੱਡੀ ਤਾਂ ਹੁੰਦੀ ਨਹੀਂ, ਤਾਂ ਉਦੋਂ ਉਹ ਬੰਦਾ ਫਿਰ ਪਬਲਿਕ ਟਰਾਂਸਪੋਰਟ ਹੀ ਯੂਜ਼ ਕਰਦਾ। ਪਬਲਿਕ ਟਰਾਂਸਪੋਰਟ ਲਈ ਫਿਰ ਜਾਣਾ ਪੈਂਦਾ ਆਪਾਂ ਨੂੰ ਸਿਟੀ ਸੈਂਟਰ ਜਾ ਕੇ, ਉੱਥੇ ਇੱਕ ਨਾ ਬੱਸ ਪਾਸ ਬਣਿਆ ਜਾਂਦਾ ਮੰਥਲੀ। ਉਹ ਆਪਣੇ 'ਤੇ ਡਿਪੈਂਡ ਹੁੰਦਾ ਵੀ ਆਪਾਂ ਮੰਥਲੀ ਪਾਸ ਲੈਣਾ ਜਾਂ ਕੁਛ ਰਾਈਡਸ ਪਵਾਉਣੀਆਂ ਨੇ। ਅਗਰ ਆਪਾਂ ਰਾਈਡਸ ਪਵਾਉਂਦੇ ਹਾਂ ਤਾਂ ਉਹ ਮੇ ਬੀ ਪੈਂਦੀਆਂ ਨੇ $22 ਦੀਆਂ 10 ਰਾਈਡਸ ਪੈਂਦੀਆਂ ਨੇ। ਅਤੇ ਅਗਰ ਤੁਸੀਂ ਮੰਥਲੀ ਪਾਸ ਬਣਵਾਉਣਾ, ਉਹ 77 ਦਾ ਤੁਹਾਡਾ ਮੰਥਲੀ ਪਾਸ ਬਣ ਜੂਗਾ। ਤਾਂ ਉਹਦੇ ਵਿੱਚ ਜਿਵੇਂ ਕਿ ਤੁਸੀਂ ਇੱਕ ਮਹੀਨੇ ਦੇ ਵਿੱਚ ਜਿੰਨੀਆਂ ਮਰਜ਼ੀ ਵਾਰ ਰਾਈਡਸ ਲੈ ਸਕਦੇ ਹੋ, ਜਿਵੇਂ ਬੱਸ 'ਚ ਜਿੱਧਰ ਮਰਜ਼ੀ ਜਾ ਸਕਦੇ ਹੋ ਇੱਕ ਮਹੀਨੇ ਲਈ। ਅਤੇ ਬਾਕੀ ਜਿਹੜੀ ਰਾਈਡ ਹੁੰਦੀ ਆ ਇੱਕ ਰਾਈਡ, ਇੱਥੇ ਸਿਸਟਮ ਕਿਵੇਂ ਚੱਲਦਾ, ਅਗਰ ਆਪਾਂ ਸਪੋਜ਼ ਕਰੋ ਆਪਾਂ 10 ਰਾਈਡਾਂ ਲਿੱਤੀਆਂ ਨੇ, ਤਾਂ ਆਪਾਂ ਕਿਤੋਂ ਵੀ ਬੈਠ ਗਏ ਤਾਂ ਉਹ ਆਪਣੀ ਉੱਥੇ ਬੱਸ ਦੇ ਵਿੱਚ ਸਕੈਨ ਹੁੰਦਾ। ਮੈਂ ਲਾਸਟ ਟਾਈਮ ਵੀ ਦਿਖਾਇਆ ਸੀ ਸ਼ਾਇਦ ਵਲੌਗ 'ਚ ਕਿ ਉਹ ਆਪਾਂ ਨੂੰ ਸਕੈਨ ਕਰਨਾ ਪੈਂਦਾ ਬੱਸ 'ਚ ਐਂਟਰ ਹੋਣ ਲੱਗੇ। ਉਹ ਜਦੋਂ ਸਕੈਨ ਹੋ ਗਿਆ ਤਾਂ ਉਹਦੇ ਵਿੱਚ ਉਹ ਆਪਣੀ ਇੱਕ ਰਾਈਡ ਕੱਟੀ ਜਾਂਦੀ ਆ, ਲੇਕਿਨ ਉਹ ਇੱਕ ਰਾਈਡ ਆ ਜਿਹੜੀ ਉਹ 90 ਮਿੰਟ ਲਈ ਵੈਲਿਡ ਹੁੰਦੀ ਆ ਕਿ ਤੁਸੀਂ 90 ਮਿੰਟ ਦੇ ਵਿੱਚ ਜਿੱਥੇ ਮਰਜ਼ੀ ਉੱਤਰ ਜਾਓ, ਜਿੱਥੇ ਮਰਜ਼ੀ ਚੜ੍ਹ ਜਾਓ। ਔਰ ਅਗਰ ਤੁਸੀਂ ਬੱਸ ਵੀ ਚੇਂਜ ਕਰਦੇ ਹੋ ਤਾਂ ਵੀ ਉਹ ਦੁਬਾਰਾ ਸਕੈਨ ਕਰਨਾ ਪਊਗਾ ਤੁਹਾਨੂੰ, ਜਿਹੜੇ ਤੁਹਾਡਾ ਪਾਸ ਆ ਜਾਂ ਤੁਹਾਡਾ ਰਾਈਡ ਕਾਰਡ ਆ। ਲੇਕਿਨ ਉਹਦੇ ਵਿੱਚ ਵੀ ਕੀ ਹੋਊਗਾ ਕਿ ਤੁਹਾਡਾ ਰਾਈਡ ਸੈਕਿੰਡ ਰਾਈਡ ਨਹੀਂ ਕੱਟੀ ਜਾਊਗੀ, ਉਹ ਪਹਿਲੀ ਕੰਸੀਡਰ ਹੋਊਗੀ ਜੇ ਤੁਹਾਡੇ ਹਜੇ 90 ਮਿੰਟ ਹੋਣ ਦੇ ਵਿੱਚ ਟਾਈਮ ਬਾਕੀ ਆ। ਜਦੋਂ ਤੁਹਾਡੇ 90 ਮਿੰਟ ਕੰਪਲੀਟ ਹੁੰਦੇ ਨੇ ਤਾਂ ਤੁਸੀਂ ਕਾਰਡ ਅਗਰ ਟੈਪ ਕਰਦੇ ਹੋ ਤਾਂ ਫਿਰ ਤੁਹਾਡੀ ਜਿਹੜੀ ਆ ਕਿ ਦੂਸਰੀ ਰਾਈਡ ਉਹ ਕੱਟੀ ਜਾਊਗੀ। ਆਹ ਨਿਆਣੇ ਆਏ ਨੇ ਇੱਥੇ ਆ ਕੇ, ਆਹ ਹੁਣ ਕਦੇ ਚੱਲੀਆਂ ਉੱਧਰ ਨੂੰ, ਆ ਜਾ ਹੁਣ। ਹਾਂ ਆ, ਕਹਿੰਦੇ ਪੀਂਘਾਂ ਝੂਟਣੀਆਂ ਨੇ ਬਾਈ, ਤੂੰ ਤਾਂ ਨਹੀਂ ਝੂਟਣੀਆਂ ਹੈਂ, ਆ ਇੱਧਰ ਲੈਣੇ ਲੈ ਲੈਣੇ ਝੂਟੇ। ਅੱਛਾ ਠੀਕ ਆ, ਠੀਕ ਆ, ਲੋਟ ਆ। ਅਤੇ ਦੂਜੀ ਗੱਲ, ਜਿਨ੍ਹਾਂ ਨੇ ਤਾਂ ਆਉਣਾ ਯੂਨੀਵਰਸਿਟੀ ਲੈਥ ਬ੍ਰਿਜ, ਯੂਨੀਵਰਸਿਟੀ ਆਫ ਲੈਥ ਬ੍ਰਿਜ ਜਿਨ੍ਹਾਂ ਨੇ ਐਡਮਿਸ਼ਨ ਲਈ ਹੋਈ ਆ, ਅਗਰ ਉਹਨਾਂ ਨੇ ਟਰੈਵਲ ਕਰਨਾ ਤਾਂ ਉਹਨਾਂ ਨੂੰ ਬੱਸ ਪਾਸ ਜਾਂ ਰਾਈਡਸ ਲੈਣ ਦੀ ਲੋੜ ਨਹੀਂ ਹੈ। ਉਹਨਾਂ ਦਾ ਯੂਨੀਵਰਸਿਟੀ ਕਾਰਡ ਹੀ ਬੱਸ ਦੇ ਵਿੱਚ ਚੱਲਦਾ। ਬਟ ਜਿਹੜੇ ਕਾਲਜ 'ਚ ਆਉਣਗੇ
ਜਾਂ ਕੋਈ ਓਪਨ ਵਰਕ ਪਰਮਿਟ 'ਤੇ ਜਾਂ ਕਿਵੇਂ ਵੀ ਆਊਗਾ ਜਿਹੜਾ ਵੀ ਕੋਈ, ਉਹਨੂੰ ਪਾਸ ਲੈਣਾ ਪਊਗਾ। ਜਾਂ ਕਾਲਜ ਵਾਲਾ ਵੀ ਸਟੂਡੈਂਟ ਹੋਊਗਾ ਤਾਂ ਉਹਨੂੰ ਵੀ ਬੱਸ ਪਾਸ ਪਰਚੇਜ਼ ਕਰਨਾ ਪਊਗਾ। ਲੇਕਿਨ ਜਿਹਦੇ ਕੋਲ ਵੀ ਯੂਨੀਵਰਸਿਟੀ 'ਚ ਐਡਮਿਸ਼ਨ ਹੈਗੀ ਆ, ਯੂਨੀਵਰਸਿਟੀ ਕਾਰਡ ਹੈਗਾ, ਉਹੀ ਕਾਰਡ ਪੰਚ ਕਰ ਸਕਦਾ। ਉਹਦੀ ਫੀਸ 'ਚ ਮੇ ਬੀ ਇਨਕਲੂਡਡ ਹੁੰਦਾ ਉਹ ਕਾਰਡ, ਉਹਦੇ ਲਈ ਹੀ ਵੈਲਿਡ ਹੁੰਦਾ ਕਿ ਫਿਰ ਉਹਨੂੰ ਬੱਸ ਪਾਸ ਲੈਣ ਦੀ ਲੋੜ ਨਹੀਂ ਪੈਂਦੀ, ਉਹੀ ਕਾਰਡ ਚੱਲਦਾ ਉਹਦਾ। ਬਾਕੀ ਲੇਕ ਬਹੁਤ ਸੋਹਣੀ ਬਣੀ ਹੋਈ ਆ, ਸਾਫ਼ ਸਫਾਈ ਵਾਲੀ ਤਾਂ ਇਹਨਾਂ ਨੇ ਹਨੇਰੀ ਠਾਲੀ ਪਈ ਆ, ਪੂਰੀ ਸਾਫ਼ ਸਫਾਈ ਘੈਂਟ ਆ। ਬਾਕੀ ਹਜੇ ਥੋੜ੍ਹਾ ਜਿਹਾ ਜ਼ਿਆਦਾ ਤਾਂ ਨਹੀਂ ਸੋਹਣਾ ਲੱਗ ਰਿਹਾ, ਕਿਉਂਕਿ ਆਹ ਦੇਖੋ ਸਾਰਾ ਰੁੱਖਾ ਪਾਨਿਆ ਹੋਇਆ ਹੋਇਆ, ਕਿਉਂਕਿ ਹੁਣੇ ਸਨੋਹ ਪੈ ਕੇ ਹਟੀ ਆ ਨਾ। ਦਰਖਤ ਵਗੈਰਾ ਨੇ ਜਿਹੜੇ ਉਹ ਹਜੇ ਹਰੇ ਹੋਏ ਨਹੀਂ ਹੈਗੇ, ਉਹਨਾਂ ਨੂੰ ਥੋੜ੍ਹਾ ਟਾਈਮ ਲੱਗੂਗਾ। ਲੈ ਆ ਚੱਲਦਾ ਭੇਡਾਂ ਦਾ, ਦੇਖ 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 ਸ਼ੂਟ ਚੱਲਦਾ, ਠੀਕ ਆ। ਪਰ ਲੋਕੇਸ਼ਨ ਵਾਕਈ ਬਹੁਤ ਸੋਹਣੀ ਆ ਯਾਰ, ਬਹੁਤ ਸੋਹਣੀ ਆ, ਆਨੰਦ ਹੀ ਆਨੰਦ, ਆਨੰਦ ਹੀ ਆਨੰਦ। ਆਏ ਤਾਂ ਅਸੀਂ ਪੰਜ ਜਾਣੇ ਸੀਗੇ ਇੱਥੇ ਲੇਕ 'ਤੇ, ਰਹਿ ਗਏ ਅਸੀਂ ਤਿੰਨੇ ਇੱਕ ਦੂਜੇ ਦੀਆਂ ਫੋਟੋਆਂ ਖਿੱਚਣ ਨੂੰ। ਬਾਕੀ ਸਾਡੇ ਨਾਲ ਦੇ ਉਹ ਪਿੱਛੇ ਖੜੇ ਨੇ, ਉਹ ਪਿੱਛੇ ਪਿੰਗਾਂ ਪਾ ਕੇ ਪਤਾ ਨਹੀਂ ਕਿਸੇ ਨਾਲ ਸਾਨੂੰ ਭੁੱਲ ਗਏ। ਪਾਉਂਦੀਆਂ ਗਾ ਲੜਾਈ ਹੋ ਗਈ, ਉਹ ਕਹਿੰਦੇ ਤੇ ਸਾਡੇ ਏਰੀਏ 'ਚ ਨਹੀਂ ਆਉਣਾ, ਇਹ ਕਹਿੰਦੀਆਂ ਅਸੀਂ ਆ ਕੇ ਰਹਾਂਗੇ ਤੇ ਸਾਡੇ ਨਹੀਂ ਆਉਣਾ। ਇੱਕ ਦੂਸਰੇ ਨੂੰ ਲੱਗੀਆਂ ਹੋਈਆਂ ਨੇ ਲਲਕਾਰਨ, ਆ ਜਾ ਵੀ ਆ ਜਾ। ਹਾਂ ਕਿਹੜਾ ਸੀ, ਦੇਖ 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 ਆ ਚੱਕ ਦੇਖ ਹੈ ਟਲਦੀਆਂ। ਉਹ ਆ ਜਾਓ ਆ ਜਾਓ ਮੁੜੇ, ਉਹ ਬੱਸ ਉਹ ਬੱਸ 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 ਇਹਨੂੰ ਪੈ ਗਈ ਗੇਮ, ਉਹ ਪੈ ਗਈ ਗੇਮ, ਪੈ ਗਈ ਗੇਮ ਉਹਦੇ ਉਹਦੇ ਆ ਦੂਜੀ ਨੂੰ, ਆਹ ਪਿੱਛੇ ਵਾਲੀ ਨੂੰ ਤਾਂ ਰਾਹ ਹੀ ਨਹੀਂ ਲੱਭਦਾ। ਇਹ ਹੋਣੀ ਆ ਵਿਚਾਰੀ ਕਮਜ਼ੋਰ ਦਿਲ ਦੀ ਮੇਰੇ ਵਰਗੀ, ਇਹ ਕਹਿੰਦੀ ਇੱਥੇ ਸਾਰ ਲੈਂਦੀ ਆ ਬੋਲ ਕੇ, ਉਹ ਪੈਂਦਾ ਗਾ ਬਿਲਕੁਲ ਇਲਾਕੇ 'ਚ ਵੜ ਗਏ ਜੀ। ਅਗਲੇ ਕਹਿੰਦੇ ਆ ਇਲਾਕੇ 'ਚ ਆ ਗਏ, ਅਗਲੇ ਕਹਿੰਦੇ ਐਵੇਂ ਕਿਵੇਂ ਤੁਸੀਂ ਸਾਡੇ ਇਲਾਕੇ 'ਚ ਵੜ ਗਏ, ਛੱਡ ਦੇਣੀ ਅਸੀਂ ਤੁਹਾਨੂੰ ਕਹਿੰਦੀ। ਆ ਇੱਕ ਆ ਪਿੱਛੇ ਵਾਲੀ ਨੇ ਭੇਜਤਾ ਉਹਨੂੰ ਕਹਾਂ ਵੀ ਤੂੰ ਚੱਲ ਹੋਰ ਗਿਆ। ਲਓ ਜੀ ਮਿੱਤਰੋ ਪਾਰਕ 'ਚ ਘੁੰਮ ਲਿਆ, ਕੁਛ ਇੱਕ ਫੈਮਿਲੀ ਬੈਠੀ ਸੀਗੀ ਇੱਥੇ, ਇਹ ਸੀਗੇ ਨਵੇਂ ਸ਼ਹਿਰ ਤੋਂ, ਉਹਨਾਂ ਨਾਲ ਬਹਿ ਗਏ ਸੀ ਗੱਪਾਂ ਗੁੱਪਾਂ ਮਾਰਨ ਕਾਫੀ ਦੇਰ, ਤਾਂ ਗੱਲਾਂ ਗੁੱਲਾਂ ਮਾਰੀਆਂ। ਉਹ ਫਾਦਰ ਸਾਹਿਬ ਆਏ ਹੋਏ ਸੀਗੇ ਉਹਨਾਂ ਦੇ ਇੰਡੀਆ ਤੋਂ, ਤਾਂ ਉਹ ਹੀ ਗੱਲਾਂ ਗੁੱਲਾਂ ਕਰਕੇ ਤਾਂ ਮੈਂ ਕਿਹਾ ਵੀ ਠੀਕ ਆ ਹੁਣ ਸੂਰਜ ਛਿਪਣ ਲੱਗਿਆ ਵੀ ਹੁਣ ਚੱਲਦੇ ਹਾਂ। ਪਰ ਜੇ ਮੈਂ ਗੱਲ ਕਰਾਂ ਟਾਈਮ ਦੀ, ਐਸਟਮ 8 ਵਜੇ ਹੋਏ ਨੇ, ਪਰ ਸੂਰਜ ਹਜੇ ਵੀ ਦੇਖ ਲਓ ਖੜ੍ਹਾ, ਹਜੇ ਨਹੀਂ ਛਿਪਦਾ। ਜਦੋਂ ਪੂਰੀਆਂ ਗਰਮੀਆਂ ਹੋ ਜਾਂਦੀਆਂ ਨੇ ਉਦੋਂ ਵੀ ਸੂਰਜ ਰਾਤ ਨੂੰ 10:30-11 ਵਜੇ ਛਿਪਦਾ ਇੱਥੇ। ਲਓ ਆ ਤੁਹਾਨੂੰ ਬਾਈ ਨਾਲ ਇੰਟਰੋਡਿਊਸ ਕਰਾ ਦਈਏ। ਆਹ ਬਾਈ ਦਾ ਨਾਂ ਹੈਗਾ ਜਗਸੀਰ ਸਿੰਘ, ਇਹ ਬਾਈ ਬਿਲੋਂਗ ਕਰਦਾ ਰਾਏਕੋਟ ਤੋਂ, ਲੁਧਿਆਣੇ ਤੋਂ। ਉਹ ਮਨਿੰਦਰ ਦੇ ਜਿੱਥੇ ਮਨਿੰਦਰ ਤੁਰਿਆ ਨਾ, ਤੁਰਿਆ ਹੁੰਦਾ ਨਾ ਹਰ ਐਤਵਾਰ, ਜਦ ਹੀ ਫੋਨ ਕਰ ਲਿਆ ਇਹਨੂੰ ਐਤਵਾਰ ਨੂੰ, ਮਨਿੰਦਰ ਕਿੱਥੇ ਆ, ਉਹ ਮੈਂ ਰਾਏਕੋਟ ਆਇਆ ਹੋਇਆ ਸੀ। ਆਹ ਮਨਿੰਦਰ ਤੇਰੇ ਪਿੰਡ ਤੋਂ ਮਿਲ ਗਿਆ ਬਾਈ, ਹੁਣ ਦੇਖ ਲਈ ਤੂੰ, ਅਸੀਂ ਮਿੰਟੋ ਮਿੰਟ ਪਤਾ ਕਰ ਲੈਣਾ ਵੀ ਤੂੰ ਜਾਣਾ ਕਿਉਂ ਆ ਉੱਥੇ ਸਾਲਿਆ, ਹੁਣ ਤਾਂ ਤੇਰਾ ਵਿਆਹ ਹੋ ਗਿਆ। ਇਸ ਟਾਈਮ ਸਾਡੀ ਡਿਬੇਟ ਦਾ ਮੁੱਦਾ ਬਣ ਚੁੱਕਿਆ ਹੈ ਹਰੀਆਂ ਮਿਰਚਾਂ।
ਹਰੀਆਂ ਮਿਰਚਾਂ ਲੈਣੀਆਂ ਨੇ ਜੀ, ਸਾਰੇ ਤੋਂ ਪਹਿਲਾਂ ਹੁਣ ਵਾਲਮਾਰਟ ਜਾਇਆ ਜਾਏਗਾ, ਪਹਿਲਾਂ ਹਰੀਆਂ ਮਿਰਚਾਂ ਖਰੀਦੀਆਂ ਜਾਣਗੀਆਂ, ਉਸ ਤੋਂ ਬਾਅਦ ਅਗਲੇ ਕੰਮ ਨੂੰ ਅੰਜਾਮ ਦਿੱਤਾ ਜਾਏਗਾ। ਮਿਲਦੇ ਹੈ ਬ੍ਰੇਕ ਕੇ ਇੰਨੀ ਤਗੜੀ ਡਿਬੇਟ ਹੋਣ ਤੋਂ ਬਾਅਦ ਪਲਾਨ ਚੇਂਜ ਹੋਏ, ਫਿਰ ਪਲਾਨ ਚੇਂਜ ਹੋਏ ਵੀ ਹੁਣ ਵਾਲਮਾਰਟ ਨਹੀਂ ਜਾਣਾ, ਹੁਣ ਜਾਵਾਂਗੇ ਸੁਪਰ ਸਟੋਰ। ਲੈਣਾ ਅਸੀਂ ਫਿਰ ਉਹੀ ਜਿਹੜਾ ਸਾਡਾ ਵਿਸ਼ਾ ਸੀਗਾ, ਲੈਣੀਆਂ ਫਿਰ ਹਰੀਆਂ ਮਿਰਚਾਂ ਹੀ ਨੇ, ਬਿਲਕੁਲ। ਬਾਕੀ ਅੰਦਰ ਜਾ ਕੇ ਪਤਾ ਲੱਗੂ ਵੀ ਕੀ ਬਣਦਾ। ਮਿਰਚਾਂ ਤਾਂ ਅਸੀਂ ਲੈ ਲਈਆਂ, ਪਰ ਬਾਈ ਕਹਿੰਦਾ ਹੁਣ ਮੈਂ ਟੇਸਟ ਕਰਕੇ ਦਿਖਾਉਂਗਾ ਕੌੜੀਆਂ ਹੈਗੀਆਂ ਨੇ ਕਿ ਨਹੀਂ ਹੈਗੀਆਂ। ਉਹ ਬਾਈ ਕਿਤੇ ਨੀ ਕੁਛ ਹੋਣ ਲੱਗਿਆ ਯਾਰ, ਦੇਖ ਤਾਂ ਦੇ ਯਾਰ, ਟਰਾਈ ਤਾਂ ਕਰ। ਲੈ ਇਹ ਆ ਚੱਕ, ਕੌੜੀ ਆ, ਪਾਸ ਆ, ਪਾਸ ਆ, ਯਾਨੀ ਕਿ ਕੌੜੀ ਆ। ਮੈਂ ਪਹਿਲਾਂ ਹੀ ਕਹਿਤਾ ਸੀ, ਚੱਲੇ ਸੀ ਮਿਰਚਾਂ ਲੈਣਾ, ਅਤੇ ਮਿਰਚਾਂ ਕਹਿੰਦੇ ਫਿਰ ਕੌੜੀਆਂ ਬਹੁਤ ਨੇ। ਮਿਰਚਾਂ ਦੇ ਨਾਲ ਨਾਲ ਫਿਰ ਘੀਆ ਕੱਦੂ ਵੀ ਲੈ ਲਿਆ, ਘੀਏ ਕੱਦੂ ਦੇ ਨਾਲ ਨਾਲ ਫਿਰ ਕਹਿੰਦੇ ਹੁਣ ਜੇ ਮਿਰਚਾਂ ਕੌੜੀਆਂ ਨੇ ਅਤੇ ਨਾਲ ਕੁਛ ਮਿੱਠਾ ਵੀ ਹੋਣਾ ਚਾਹੀਦਾ, ਅਤੇ ਫਿਰ ਕਰਦੇ ਕਰਦੇ ਹੁਣ ਆਈਸਕ੍ਰੀਮ ਵੀ ਲੈ ਲਈ। ਹੁਣ ਅੱਗੇ ਦੇਖੋ ਵੀ ਕਿੱਥੇ ਜਾ ਕੇ ਨਿਪੜਦਾ ਇਹ ਸੌਦਾ। ਮੈਂ ਕਿਹਾ ਨਾ ਪਹਿਲਾਂ ਹਰੀਆਂ ਮਿਰਚਾਂ ਲੈਣ ਆਇਆ ਸੀ, ਆਹ ਦੀਦੀਆਂ ਨੇ ਕਿਤੇ ਪਈਆਂ ਥੱਲੇ, ਆਹ ਪਈਆਂ ਇਕੱਲੀਆਂ ਥੱਲੇ, ਬਸ ਆਹ ਲੈਣ ਇਹ ਆਏ ਸੀ ਇਹਨਾਂ ਨੂੰ। ਆ ਇੱਧਰ ਵੀ ਟੋਕਰੀ ਭਰ ਲਈ, ਆਹ ਜੇ ਉਹ ਦੇ ਉਹ ਆ ਜਾ, ਬਸ ਬਸ ਉੱਧਰ ਵੀ ਟੋਕਰੀ ਚੱਕੀ ਗਈ, ਬਸ ਹੁਣ ਹਜੇ ਨਹੀਂ ਨਿਪੜਦਾ ਕੰਮ, ਮੈਨੂੰ ਲੱਗਦਾ ਜਲਦੀ ਇਹ। ਆ ਹੁਣ ਮਾੜੇ ਪੁੱਛੋ ਤਾਂ ਬਾਈ ਨੂੰ, ਬਾਈ ਕਿੰਨੇ ਚ ਪਈਆਂ ਮਿਰਚਾਂ? $26 ਚ ਪੈ ਗਈਆਂ, $26 ਚ ਇਕੱਲੀਆਂ ਹਰੀਆਂ ਹਰੀਆਂ ਮਿਰਚਾਂ। ਵੈਸੇ ਮਿਰਚਾਂ ਸੀਗੀਆਂ $4 ਦੀਆਂ ਸੀ। ਤੇ ਹਾਂ ਮਹਿਕ, ਤੂੰ ਕਿੱਧਰ ਜਾਨੀ ਆ? ਹਾਂ ਦੱਸੀ ਤਾਂ, ਇੱਧਰ ਕਿੰਨੇ ਦੀਆਂ ਲਈਆਂ ਮਿਰਚਾਂ? 14 ਦੇਖ ਲਓ, 14 ਇੱਧਰ ਲੱਗ ਗਏ, 26 ਉੱਧਰ ਲੱਗ ਗਏ, ਹਜੇ $40-50 ਲੱਗ ਗਏ। ਹਜੇ ਵੀ ਕਹਿੰਦੀਆਂ ਨੇ ਵਾਲਮਾਰਟ ਜਾ ਕੇ ਆਉਣਾ ਮਾੜਾ ਜਿਹਾ। ਆਹੋ ਵਿਚਾਰੇ ਚੱਲਣ ਲੱਗੇ ਹੋਏ ਨੇ ਹੁਣ, ਕੋਈ ਨਹੀਂ ਖਾ ਲਓ ਖਾ ਲਓ, ਟਾਈਮ ਨਾਲ ਘਰ ਵਗ ਜਾਇਓ,
ਬਾਹਰ ਨਾ ਫਰੀ ਜਾਇਓ। ਹਾਂ ਫਿਰਦੇ ਨੇ। ਲੰਗਰ ਖਾਣ ਤੋਂ ਬਾਅਦ ਫਿਰ ਵੀ ਮਾੜੀ ਮੋਟੀ ਜਗ੍ਹਾ ਰਹਿ ਗਈ ਸੀ ਜਿਹੜੀ ਪੂਰੀ ਕਰਨ ਪਹੁੰਚ ਕੇ ਲਿਟਲ ਸੀਜ਼ਰ। ਬਸ ਇਸ ਤੋਂ ਬਾਅਦ ਹੁਣ ਘਰੇ ਹੀ ਜਾਵਾਂਗੇ। ਸੱਜਣੋ ਅਤੇ ਮਿੱਤਰੋ, ਹੁਣ ਵੇਲਾ ਆ ਗਿਆ ਹੈ ਇੱਕ ਬ੍ਰੇਕ ਲੈਣ ਦਾ। ਮਿਲਦੇ ਹਾਂ ਫਿਰ ਕਿਸੇ ਨਵੇਂ ਵਲੌਗ ਦੇ ਵਿੱਚ। ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ। ਧੰਨਵਾਦ। ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਅਤੇ ਸਾਰਿਆਂ ਨੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ। ਮਿਲਦੇ ਹਾਂ ਫਿਰ ਜਲਦੀ ਆਪਾਂ ਨਵੀਂ ਵੀਡੀਓ 'ਚ। ਓਕੇ ਬਾਏ, ਟਾਟਾ।